ਅੱਛਾ ਜੀ ਤੇ ਤੁਹਾਡਾ ਤਾਂ ਰੱਬ ਵੱਲੋਂ ਹੀ ਬਚਾ ਹੋ ਗਿਆ ਮੋਹਰੇ, ਕੋਈ ਦੂਜੇ ਟਰੈਕ ਤੋਂ ਨਹੀਂ ਆ ਰਿਹਾ? ਓਹੋ ਭਾਜੀ ਉਹ ਗੱਡੀ ਵੱਜੀ ਇੱਕ ਕੋਲ। ਸਤਿ ਸ਼੍ਰੀ ਅਕਾਲ, ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ। ਇਸ ਸਮੇਂ ਅਸੀਂ ਮਲਪੁਰ ਅੜਕਾ ਵਿਖੇ ਮੌਜੂਦ ਹਾਂ ਔਰ ਇੱਥੇ ਬਹੁਤ ਵੱਡਾ ਹਾਦਸਾ ਹੋਇਆ। ਅਮੂਮਨ ਹਾਦਸੇ ਹੁੰਦੇ ਰਹਿੰਦੇ ਆ, ਪਿੰਡ ਵਾਲਿਆਂ ਵੱਲੋਂ ਬਹੁਤ ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਇੱਥੇ ਫਲਾਈਓਵਰ ਬਣਨਾ ਚਾਹੀਦਾ, ਫਲਾਈਓਵਰ ਬਣਨਾ ਚਾਹੀਦਾ ਜਾਂ ਇੱਥੇ ਬੈਰੀਕੇਡਿੰਗ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਇੱਥੇ ਚਰਸਤਾ ਬਣਦਾ। ਔਰ ਅੱਜ ਇੱਥੇ ਤਿੰਨ ਗੱਡੀਆਂ ਟਕਰਾਈਆਂ, ਤਿੰਨੋਂ ਅਲੱਗ ਅਲੱਗ ਕੋਨੇ ਵਿੱਚ ਆ। ਔਰ ਤੁਸੀਂ ਦੇਖੋ ਕਿ ਗੱਡੀ ਜਿਹੜੀ ਲਾਲ ਰੰਗ ਦੀ ਆ ਪੋਲੋ, ਉਹ ਗੱਡੀ ਇੱਕ ਪਾਸੇ ਜਿਹੜੀ ਆ ਨੁਕਸਾਨੀ ਖੜ੍ਹੀ ਆ। ਇੱਧਰ ਆਹ ਗੱਡੀ ਆ ਜੀ ਅਲਟੋ ਗੱਡੀ, ਇਹ ਦੁਕਾਨ ਦੇ ਅੰਦਰ ਹੀ ਜਾ ਵੜੀ ਆ, ਅਤੇ ਇੱਕ ਇਸ ਬੱਸ ਦੇ ਪਿੱਛੇ ਗੱਡੀ ਆ। ਤਾਂ ਤਿੰਨ ਗੱਡੀਆਂ ਦੀ ਜਿਹੜੀ ਜ਼ਬਰਦਸਤ ਟੱਕਰ ਹੁੰਦੀ ਹੈ, ਇਹ ਕਿਵੇਂ ਹੁੰਦੀ ਹੈ ਪੂਰੀ ਜਾਣਕਾਰੀ ਆਪਾਂ ਲੈ ਲੈਂਦੇ ਹਾਂ ਜੀ। ਭਾਅ ਜੀ ਇਹ ਐਕਸੀਡੈਂਟ ਜਿਹੜਾ ਹਾਦਸਾ ਕਿਵੇਂ ਵਾਪਰਿਆ ਜੀ? ਇਹ ਲੋਕਾਂ ਦਾ ਇਹ ਕਹਿਣਾ ਵੀ ਜਿਹੜੇ ਇੱਥੇ ਨਾ ਬਸ ਪਹਿਲਾਂ ਤਾਂ ਧੰਨਵਾਦ ਵੀ ਬੱਤੀ ਵਾਲਿਆਂ ਦੇ ਜਿਹੜੇ ਇੱਥੇ ਪਹੁੰਚੇ ਆ ਸਰ, ਇੱਥੇ ਫਲਾਈਓਵਰ ਬਣਨਾ ਚਾਹੀਦਾ ਅਤੇ ਹਰ ਰੋਜ਼ ਇੱਥੇ ਐਕਸੀਡੈਂਟ ਹੋ ਰਿਹਾ ਇੱਥੇ ਜੀ। ਸੋ ਅਸੀਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇੱਥੇ ਜਿਹੜਾ ਫਲਾਈਓਵਰ ਬਣਨਾ ਚਾਹੀਦਾ, ਕਿਉਂਕਿ ਜਿੱਦਾਂ ਤਿੰਨ ਗੱਡੀਆਂ ਲੱਗੇ ਕੋਨੇ 'ਚ ਕੋ ਕੋਨੇ 'ਚ ਕੋ, ਦੇਖੋ ਬਰੇਜ਼ਾ ਇੱਕ। ਮੈਨੂੰ ਇਹ ਪਤਾ ਨਹੀਂ ਵੀ ਗੱਡੀ ਇੱਧਰੋਂ ਆ ਰਹੀ ਹੈ, ਇਹਦੇ ਬਾਰੇ ਮੈਂ ਇੱਥੇ ਮੌਕੇ 'ਤੇ ਮੌਜੂਦ ਨਹੀਂ। ਕਿੰਨੀ ਜ਼ੋਰ 'ਤੇ ਐਕਸੀਡੈਂਟ ਹੋ ਗਿਆ ਜਿਹੜੀ ਗੱਡੀ ਆ ਬੈਕ ਜਾ ਕੇ ਉਹ ਦੁਕਾਨ ਦੇ ਅੰਦਰ ਵੜ ਗਈ? ਹਾਂਜੀ ਹਾਂਜੀ। ਇਹ ਤਾਂ ਜਿਹੜੇ ਇਹਨਾਂ ਦੇ ਨਾਲ ਇੱਥੇ ਮੌਕੇ 'ਤੇ ਬੰਦੇ, ਉਹਨਾਂ ਤੋਂ ਪੁੱਛਣਾ ਪੈਣਾ ਜੀ। ਚਲੋ ਗੱਲ ਕਰ ਲੈਂਦੇ ਆਪਾਂ ਇੱਕ ਮਿੰਟ ਆ ਜੀ। ਹਾਦਸਾ ਉਧਰੋਂ ਆ ਰਿਹਾ ਸੀ ਤੇਜ਼, ਪਹਿਲਾਂ ਉਹ ਦੂਏ ਕੋਲ ਕਰਨ ਲੱਗਾ ਸੀ ਲੈਣ ਦੇ ਕੋਲ। ਆਹੋ ਫਿਰ ਉੱਥੇ ਸਾਡੇ ਪਿੰਡ ਦਾ ਸਰਪੰਚ ਦਾ ਮੁੰਡਾ ਰਿਹਾ ਮਗਰ ਸੀ, ਉਹਨੇ ਦਬਕਾ ਮਾਰਿਆ, ਨਿਆਣੇ ਅੱਧੇ ਬਾਹਰ ਲੱਗਦੇ ਸੀਗੇ। ਨਹੀਂ ਨਹੀਂ ਮੈਂ ਉੱਧਰੋਂ ਆ ਰਿਹਾ ਸੀ ਜੀ ਬੰਗੇ ਨਵੇਂ ਸ਼ਹਿਰ ਤੋਂ। ਅੱਛਾ ਜੀ। ਉਹ ਗੱਡੀ ਜਿਹੜੀ ਆਪਣੀ ਗੱਡੀ ਆ, ਇਹਦੇ ਪੰਪ ਉਹ ਗੱਡੀ ਪੰਪ ਤੇ ਚੜੀ ਆ ਉੱਪਰ, ਇੰਨੀ ਦੇ ਪਿੱਛੇ ਵੱਜੀ ਗੱਡੀ। ਅੱਛਾ ਜੀ। ਤੇ ਤੁਹਾਡਾ ਤਾਂ ਰੱਬ ਵੱਲੋਂ ਹੀ ਬਚਾ ਹੋ ਗਿਆ ਮੋਰੇ, ਕੋਈ ਦੂਜੇ ਟਰੈਕ ਤੋਂ ਨਹੀਂ ਆ ਰਿਹਾ? ਓਹੋ ਭਾਜੀ ਉਹ ਗੱਡੀ ਵੱਜੀ ਇੱਕੋ ਲਾ, ਇੱਥੋਂ ਵੱਜ ਕੇ ਉਹ ਦੂਜੀ ਗੱਡੀ ਉੱਧਰ ਵੱਜੀ ਉੱਧਰ। ਅੱਛਾ, ਇਹ ਤੇ ਪਰਮਾਤਮਾ ਦਾ ਜੀ ਕਿਸੇ ਨੂੰ ਉਹਦੇ ਬਾਕੀ ਸਾਡੇ ਉਹ ਵਿਚਾਰੇ ਦੇ ਸੱਟ ਲੱਗੀ ਸੀ। ਤੁਹਾਡੀ ਗੱਡੀ 'ਚ ਕਿੰਨੇ ਜਾਣੇ ਸਵਾਰ ਸੀ? ਮੈਂ ਤੇ ਮੇਰੀ ਵਾਈਫ ਸੀਗਾ। ਅੱਛਾ, ਉਹ ਠੀਕ ਨੇ? ਮਾੜੀਆਂ ਮੋਟੀਆਂ ਤਾਂ ਹੈ, ਹੁਣ ਤਾਂ ਖੂਨ ਖਾਨ ਨਹੀਂ ਹੈ। ਮਤਲਬ ਤੁਸੀਂ ਇਹ ਕਹਿੰਦੇ ਕਿ ਐਕਸੀਡੈਂਟ ਦੀ ਵਜ੍ਹਾ ਇਹ ਬਣੀ ਕਿ ਪਿੱਛੋਂ ਇਹਨਾਂ ਨੇ ਹਿੱਟ ਕੀਤਾ? ਇਹਨੇ ਕੀਤਾ ਇੱਥੇ ਇਸ ਬੰਦੇ ਨੇ। ਚਲਾ ਕੌਣ ਰਿਹਾ ਸੀ? ਕਾਲੇ ਡਰੈਸ ਵਾਲਾ ਬੰਦਾ। ਤੇ ਫਿਰ ਇਹਨਾਂ ਦਾ ਮੁਲਾਜ਼ਮ ਮੁਲਾਜ਼ਮ ਕੁਛ ਕਰਾਇਆ ਕਿ ਜੀ ਕੁਛ ਔਖੇ ਨਹੀਂ? ਇਹਨਾਂ ਦੀ ਪੀਤੀ ਹੋਈ ਹੈ, ਅੱਖਾਂ 'ਤੇ ਪਤਾ ਲੱਗਦਾ। ਪਹੁੰਚੀ ਹੈ ਹੁਣ ਜੇ, ਠੀਕ ਹੈ ਜੀ। ਅਤੇ ਗੱਡੀ ਇਹਨਾਂ ਦੀ ਵੀ ਘੁੰਮ ਕੇ ਦੁਕਾਨ 'ਚ ਜਾ ਵੜੀ? ਇਹਨਾਂ ਜੀ ਭਾਅ ਜੀ ਉਹ ਲੇਡੀ ਬਾਹਰ ਹੀ ਕਹਿੰਦੇ ਬੈਠੀ ਜਾਂਦੀ ਹੈ, ਬਚ ਗਿਆ ਕੋਈ ਬਾਹਰ ਨਹੀਂ ਸੀ ਕੋਈ ਦੁਕਾਨ 'ਤੇ ਉੱਤੇ ਜਿੰਨੀ ਸਪੀਡ ਨਾਲ ਚੜ੍ਹੀ ਹੈ। ਤਾਂ ਜੋ ਦੱਸਿਆ ਜਾ ਰਿਹਾ ਜੀ ਮੌਕੇ 'ਤੇ, ਇਹ ਜਿਹੜੀ ਗੱਡੀ ਹੈ ਇਹਦੇ ਵੱਲੋਂ ਪਿੱਛੋਂ ਹਿੱਟ ਕੀਤਾ ਗਿਆ ਬਰੇਜ਼ਾ ਗੱਡੀ ਨੂੰ। ਬਰੇਜ਼ਾ ਗੱਡੀ ਫਿਰ ਦੂਜੇ ਟਰੈਕ 'ਚ ਚਲੇ ਜਾਂਦੀ ਹੈ ਔਰ ਉਹ ਗੱਡੀ ਜਿਹੜੀ ਯੂ ਐੱਸ ਤੁਹਾਨੂੰ ਜਿਹੜੀ ਗੱਡੀ ਪੋਲੋ ਨਜ਼ਰ ਆ ਰਹੀ ਹੈ, ਪੋਲੋ ਗੱਡੀ ਦੇ ਵਿੱਚ ਨਾਲ ਟਕਰਾਉਂਦੀ ਹੈ ਔਰ ਪੋਲੋ ਗੱਡੀ ਵਾਲਾ ਇੰਜਰਡ ਹੋਇਆ। ਸੜਕ ਸੁਰੱਖਿਆ ਫੋਰਸ ਵਾਲੇ ਪਹੁੰਚੇ ਆ ਔਰ ਇਹਨਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ, ਹਸਬੈਂਡ ਵਾਈਫ
ਗੱਡੀ ਵਿੱਚ ਬੈਠੀ ਜੇ ਆਹਮੋ ਸਾਹਮਣੇ ਕਿਸੇ ਨਾਲ ਟੱਕਰ ਹੋ ਜਾਂਦੀ। ਸਾਈਕਲ ਵੀ ਮੇਰਾ ਟੁੱਟਿਆ ਜੀ, ਸ਼ੀਸ਼ਾ ਵੀ। ਆਓ ਆਓ ਦੁਕਾਨ ਵਾਲਿਆਂ ਦਾ ਵੀ ਦੁੱਖ ਸੁਣ ਲਓ। ਤਾਂ ਮਤਲਬ ਤੁਸੀਂ ਇਹ ਹਿਸਾਬ ਲਾ ਲਓ, ਜੋ ਇਹਨਾਂ ਦਾ ਕਹਿਣਾ ਕਿ ਇੱਕ ਸ਼ਰਾਬ ਪੀਤੀ ਅਣਗਹਿਲੀ ਨਾਲ ਕਿੰਨਾ ਨੁਕਸਾਨ ਹੋ ਗਿਆ, ਕਿੰਨੀਆਂ ਜਾਨਾਂ ਚਲੇ ਜਾਣੀਆਂ ਸੀ। ਪੋਲੋ ਗੱਡੀ ਵਾਲੇ ਦਾ ਨੁਕਸਾਨ, ਬਰੇਜ਼ਾ ਵਾਲੇ ਦਾ ਨੁਕਸਾਨ, ਆਹ ਦੁਕਾਨ 'ਤੇ ਜਿਹੜੀ ਬੀਬੀ ਬੈਠੀ ਇਹਦਾ ਨੁਕਸਾਨ, ਸਾਈਕਲ ਵਾਲੇ ਦਾ ਨੁਕਸਾਨ ਜੀ। ਕੀ ਕਹਿੰਦੇ ਭਾਜੀ? ਸਟੇਟਮੈਂਟ ਲਿਖਾ ਦਿੰਦੇ ਜੀ, ਆ ਜਾਓ ਨਹੀਂ ਮਾਤਾ ਜੀ ਇੱਕ ਮਿੰਟ, ਜੋ ਵੀ ਸਾਡਾ ਨੁਕਸਾਨ ਹੋਇਆ ਸੀ ਪਰ ਭਾਈ ਆ ਆ ਜਾਓ, ਸਟੇਟਮੈਂਟ ਲਿਖਾ ਦਿਓ ਜੀ, ਸਟੇਟਮੈਂਟ ਲਿਖਾ ਦਿਓ ਪ੍ਰਸ਼ਾਸਨ ਨੂੰ। ਆਪਾਂ ਇਦਾਂ ਥੋੜਾ ਆਪਾਂ ਨੱਠੇ ਉਧਰ ਨਹੀਂ, ਅਸੀਂ ਤਾਂ ਦੱਸਦੇ ਹੀ ਆ, ਸਾਡਾ ਦੱਸਣ ਦਾ ਫਰਜ਼ ਆ, ਦਿਖਾਣ ਦਾ ਫਰਜ਼ ਆ, ਹੈ ਨਾ, ਮੌਕੇ ਤੇ ਦਿਖਾਣ ਦਾ। ਆਪਾਂ ਤੁਹਾਡੇ ਨਾਲ ਖੜੇ ਆ, ਤੁਸੀਂ ਸਾਡੇ ਨਾਲ, ਅਸੀਂ ਤੁਹਾਡੇ ਨਾਲ, ਆਪਾਂ ਇੱਕ ਸਮਾਜ ਦੇ ਆ ਭਾਈ ਜੀ। ਵੈਸੇ ਇੱਕ ਗੱਲ ਕਰਾਂ ਜੀ, ਇਹਨਾਂ ਜਗ੍ਹਾ ਤੁਸੀਂ ਹੁੰਦੇ ਨਾ ਫਿਰ ਇੰਨੀ ਗੱਲ ਨਹੀਂ ਸੀ ਆਉਂਦੀ। ਇਹ ਤਾਂ ਇਹ ਤਾਂ ਇਹਨਾਂ ਦੀ ਇਹਨਾਂ ਨੁਕਸਾਨ ਹੋਇਆ ਨਾ। ਦੇਖੋ ਦੇਖੋ ਚਲੋ ਆਪਾਂ ਰੱਬ ਲੱਗ ਦੀ ਗੱਲ ਕਰੀਏ, ਗਲਤੀ ਹੋਈ ਆ। ਤੁਹਾਡੇ ਸਾਹਮਣੇ ਆ ਕੇ ਸ਼ੀਸ਼ਾ ਡਿੱਗਾ, ਤੁਹਾਡੇ ਤਿੱਖਾ ਹੋਵੇ, ਉਹ ਤਾਂ ਠੀਕ ਹੈ। ਜਿਹੜੀ ਤੁਸੀਂ ਇਹਨਾਂ ਨੂੰ ਗੱਲ ਕਹਿੰਦੇ ਹੋ, ਲਿਖ ਕੇ ਦੇ ਦਿਓ ਕਿ ਅਸੀਂ ਕਰਦੇ ਹਾਂ ਰਾਜੀਨਾਮਾ, ਸਾਰਾ ਭਰਪਾਈ ਕਰਾਂਗੇ। ਹੈ ਜਵਾਨ ਵੀ ਕੋਈ ਚੀਜ਼ ਹੁੰਦੀ ਆ, ਪ੍ਰਸ਼ਾਸਨ ਨੂੰ ਕਹਿ ਦਿਓ ਜਾ ਕੇ ਤੁਸੀਂ ਕੈਮਰੇ 'ਚ ਰਿਕਾਰਡ ਕਰ ਲਿਆ ਤਾਂ ਬਸ ਗੱਲ ਕਰ। ਅੱਛਾ ਇੱਦਾਂ ਹੋ ਜਾਂਦਾ ਆ, ਹੁੰਦਾ ਹੀ ਹੈ ਜੀ। ਚਲੋ ਕੋਈ ਗੱਲ ਨਹੀਂ, ਪ੍ਰਸ਼ਾਸਨ ਨੂੰ ਆਪਣੀ ਸਟੇਟਮੈਂਟ ਦਿਓ ਜਾ ਕੇ। ਉਹ ਗਰੀਬ ਦਾ ਵੀ ਦੇਖੋ, ਮਾਤਾ ਦਾ ਪੰਪ ਸਾਡਾ ਉਹੀ ਹੈਗਾ, ਕਮਾਉਣ ਵਾਲਾ ਹੈ ਉਹੀ, ਆਹ ਸਾਈਕਲ ਸਾਡਾ ਜਿੱਥੇ ਅਸੀਂ ਜਾਂਦੇ ਹਾਂ ਲੈ ਕੇ, ਹੈਂ, ਉਹ ਵੀ ਫੁੱਟਿਆ। ਇਹਦਾ ਹਾਲੇ ਘੜੀ ਕੁ ਪਹਿਲਾਂ ਆਏ ਆ, ਇੱਕ ਘੜੀ ਹਾਲੇ ਪਹਿਲਾਂ ਆਏ ਆ, ਸਾਨੂੰ ਕੀ ਪਤਾ ਸੀ ਆਹ ਕੰਮ ਹੋਣਾ, ਇਹ ਸਾਨੂੰ ਚੱਲੇ ਚੱਲੇ ਸੀ ਦੇ ਇੱਧਰ ਨੂੰ ਆ ਗਏ। ਚਲੋ ਦੂਜੇ ਪਾਸੇ ਵੀ ਦਿਖਾ ਦਈਏ, ਸਿਰਫ ਇਹ ਕਹਿਣਾ ਕਿ ਹੋ ਹੀ ਜਾਂਦਾ ਆ, ਇਹ ਮਾੜੀ ਗੱਲ ਹੈ। ਉਹਨਾਂ ਦਾ ਵੀ ਦੇਖੋ ਗਰੀਬਾਂ ਦਾ, ਜੇ ਉਹਨਾਂ ਦੇ ਘਰ ਦਾ ਕੋਈ ਜੀਵ ਵਿਛੜ ਜਾਂਦਾ ਤਾਂ ਕਿੱਥੋਂ ਦੇਣਾ ਸੀਗਾ। ਤਾਂ ਜੋ ਆਮ ਲੋਕਾਂ ਨੇ ਕਿਹਾ, ਪਿੰਡ ਵਾਲਿਆਂ ਨੇ ਕਿਹਾ, ਮੈਂ ਉਹਨਾਂ ਦੇ ਆਧਾਰ 'ਤੇ ਗੱਲ ਕਰ ਰਿਹਾ, ਬਾਪੂ ਜੀ ਖੜ੍ਹੇ ਆ, ਉਹ ਕਹਿੰਦੇ ਕਿ ਇਹਨਾਂ ਦੀ ਗਲਤੀ ਆਲਟੋ ਵਾਲਿਆਂ ਦੀ। ਆਪਾਂ ਸੱਚ ਬੋਲਣਾ, ਸੱਚ ਬੋਲਣ ਦਾ ਕੰਮ ਹੈ। ਭਾਵੇਂ ਲੱਖ ਸਿਫਾਰਿਸ਼ਾਂ ਪਾਈ ਜਾਓ ਕਿ ਮੈਂ ਫਲਾਨੇ ਨੂੰ ਜਾਣਦਾ, ਫਲਾਨੇ ਨੂੰ ਜਾਣਦਾ, ਤਾਂ ਜੋ ਦੱਸਿਆ ਗਿਆ ਕਿ ਪਿੱਛੋਂ ਆਲਟੋ ਗੱਡੀ ਨੇ ਹਿੱਟ ਕੀਤਾ, ਬਰੇਜ਼ਾ ਗੱਡੀ ਉਹ ਗਈ ਹੈ, ਔਰ ਬਰੇਜ਼ਾ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ, ਔਰ ਬਰੇਜ਼ਾ ਗੱਡੀ ਜਾ ਕੇ ਫਿਰ ਉਹਨਾਂ ਟਕਰਾਉਂਦੀ ਹੈ ਪੋਲੋ ਗੱਡੀ ਨਾਲ। ਕੋਈ ਸਾਹਮਣੇ ਉਹ ਸਾਹਮਣੇ ਸਿੱਧੀ ਸਿੱਧੀ ਟੱਕਰ ਨਹੀਂ ਹੋ ਗਈ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਹਸਬੈਂਡ ਵਾਈਫ ਗੱਡੀ ਟਰੈਵਲ ਕਰ ਰਹੇ ਸਨ, ਆਲਟੋ ਗੱਡੀ ਦਾ ਟਾਇਰ ਤਾਂ ਜਿਹੜਾ ਨਿਕਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਬਾਡੀ ਦੇ ਨਾਲ, ਇੱਧਰ ਬਰੇਜ਼ਾ ਗੱਡੀ ਦਾ ਵੀ ਟਾਇਰ ਤੁਸੀਂ ਦੇਖੋ ਕਿ ਜਿਹੜਾ ਬਾਹਰ ਨਿਕਲ ਕੇ ਡਿੱਗ ਗਿਆ, ਰਿਮ ਵੀ ਪਿਚਕ ਕੇ ਬਾਹਰ ਆ ਗਿਆ, ਗੱਡੀ ਅੱਗੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ, ਔਰ ਸੱਟ ਜਿਹੜੀ ਹੈ ਇਹ ਦਿੱਲੀ ਨੰਬਰ ਗੱਡੀ ਹੈ, ਉਹ ਲੋਕਲ ਦੱਸਦੇ ਆ, ਗੱਡੀ PB 32 ਲਿਖਿਆ ਹੈ, ਜਿਹੜੀ ਆ ਪੋਲੋ ਗੱਡੀ ਆ, ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲੈਂਦੇ ਹਾਂ। ਅਤੇ ਪੋਲੋ ਗੱਡੀ ਦਾ ਏਅਰਬੈਗ ਖੁੱਲਿਆ, ਦੋ ਖੁੱਲ੍ਹੇ ਆ ਭਾਅ ਜੀ, ਇਹਨਾਂ ਦੇ ਸੱਟ ਵੀ ਲੱਗੀ ਜਿਹੜੇ ਚਲਾਉਂਦੇ ਸੀ।
ਨਾ ਸਾਹਮਣੇ ਖੜਾ ਕਿਸ ਸਾਈਡ ਤੇ ਪੱਟੀ ਹੋਈ ਹੋਰ ਗਲਤੀ ਕਿਹਦੀ ਦੱਸਦੇ ਆ ਪਤਾ ਨਹੀਂ ਭਾਜੀ ਹੁਣ ਅਸੀਂ ਰਾਵ ਪਿੰਡ ਨਹੀਂ ਹਾਂਜੀ ਇੱਥੇ ਦੇ ਅਸੀਂ ਰਾਵ ਸਾਹਿਬ ਸੜਕ ਸੁਰੱਖਿਆ ਫੋਰਸ ਵਾਲੇ ਕਿੱਥੇ ਆ ਜੀ ਆ ਖੜੇ ਸਰ ਇੰਚਾਰਜ ਤੁਸੀਂ ਆ ਜੀ ਇੰਚਾਰਜ ਤੁਸੀਂ ਉਹ ਸਦਰ ਥਾਣੇ ਤੋਂ ਆ ਰਹੇ ਆ ਅੱਛਾ ਜੀ ਜਿਹੜੀ ਤੁਹਾਡੀ ਸੜਕ ਸੁਰੱਖਿਆ ਫੋਰਸ ਦੀ ਟੀਮ ਉਹਦੇ ਇੰਚਾਰਜ ਕੋਲ ਹਾਂਜੀ ਹਾਂਜੀ ਸਰ ਤੁਸੀਂ ਹਾਂਜੀ ਹਾਂਜੀ ਅਤੇ ਕੀ ਸਰ ਕੀ ਪਤਾ ਲੱਗਾ ਕੀ ਤਫਤੀਸ਼ ਕੀਤੀ ਕੀ ਪਤਾ ਲੱਗਾ ਕਿਹਦੀ ਗਲਤੀ ਹੈ ਗਲਤੀ ਹਜੇ ਅਸੀਂ ਆ ਕੇ ਦੇਖਿਆ ਹੀ ਹੈ ਤੇ ਉਹ ਗੱਡੀ ਦੀ ਗਲਤੀ ਹੈ ਅਲਟੋ ਵਾਲੇ ਦੱਸ ਰਹੇ ਉਹ ਹੀ ਹੈ ਗੱਡੀ ਦੱਸ ਰਹੇ ਆ ਅੱਛਾ ਪਿੰਡ ਵਾਲੇ ਤੋਂ ਪਤਾ ਲੱਗਾ ਸਰ ਪਿੰਡ ਵਾਲੇ ਵੀ ਕਹਿੰਦੇ ਕਿ ਅਲਟੋ ਗੱਡੀ ਵਾਲੇ ਨੇ ਸ਼ਾਇਦ ਪੀਤੀ ਪੂਤੀ ਉਹਦਾ ਮਲਾਜਾ ਵੀ ਕਰਾਉਂਗੇ ਆ ਰਹੇ ਉਹ ਸਦਰ ਮੰਗਿਆ ਤੋਂ ਆਪਣੇ ਸਦਰ ਨਵਾਂ ਸ਼ਹਿਰ ਤੋਂ ਆ ਰਹੇ ਆ ਆਈਓ ਤੇ ਉਹ ਅੱਛਾ ਅਲਟੋ ਵਾਲੇ ਨੇ ਜਿਹੜਾ ਪਰਿਵਾਰ ਹੈ ਚਲੋ ਤੁਹਾਡੇ ਤੱਕ ਗੱਲ ਪਹੁੰਚਾਣੀ ਜ਼ਰੂਰੀ ਦੇਖਦਾ ਵੀ ਸਾਰੇ ਸੁਰੱਖਿਅਤ ਆ ਮੈਂ ਉਹੀ ਚੈੱਕ ਕੀਤਾ ਸਾਰਿਆਂ ਨੂੰ ਆ ਕੇ ਪੁੱਛਿਆ ਲਿਖਾ ਪੜ੍ਹੀ ਕੀਤਾ ਸਾਰਿਆਂ ਦਾ ਆ ਲਿਖ ਲਿਆ ਸਾਰਿਆਂ ਦੇ ਨਾਂ ਲਿਖ ਲਿਆ ਇਹਨਾਂ ਦੇ ਆਲਟੋ ਦਾ ਫਿਰ ਉਹ ਗੱਡੀ ਕਰਾ ਕੇ ਪਿੱਛੇ ਕਰਾ ਦੇਣੀ ਹੈ ਜੀ ਸਾਡਾ ਕੰਮ ਹੈ ਆਵਾਜਾਈ 'ਚ ਵਿਘਨ ਨਾ ਪਵੇ ਚਲੋ ਠੀਕ ਹੈ ਇੱਕ ਵਾਰ ਆਪਾਂ ਉੱਧਰ ਦਿਖਾ ਦਿੰਦੇ ਹਾਂ ਫਿਰ ਬਾਕੀ ਗੱਲਬਾਤ ਉਹਨਾਂ ਨੇ ਕਰਨੀ ਜੀ ਜੀ ਤਾਂ ਵੀਰ ਸੀ ਜਿਹੜਾ ਪੋਲੋ ਗੱਡੀ ਚਲਾ ਰਿਹਾ ਸੀ ਨਾ ਸਿਰ 'ਤੇ ਸੱਟ ਲੱਗੀ ਹੋਈ ਹੈ ਔਰ ਨਾਲ ਦੀ ਨਾਲ ਇੱਧਰ ਸਾਰਿਆਂ ਦੀ ਆਪਸੀ ਗੱਲਬਾਤ ਚੱਲ ਰਹੀ ਹੈ ਪੋਲੋ ਗੱਡੀ ਵਾਲਿਆਂ ਦੀ ਬਰੇਜ਼ਾ ਵਾਲਿਆਂ ਦੀ ਅਲਟੋ ਵਾਲਿਆਂ ਦੀ ਮੇ ਬੀ ਕਿਤੇ ਸੈਟਲ ਡਾਊਨ ਹੋਣ ਦੀ ਗੱਲ ਹੋ ਰਹੀ ਹੈ ਕਿਉਂਕਿ ਅਲਟੋ ਵਾਲੇ ਜਿਹੜੇ ਉਹ ਭੈਣ ਜੀ ਆ ਉਹ ਕਹਿੰਦੇ ਕਿ ਮੇਰਾ ਬੇਟਾ ਆ ਉਹ ਕਹਿੰਦੇ ਕਿ ਅਸੀਂ ਭਰਪਾਈ ਕਰ ਦਿਆਂਗੇ ਕੈਮਰੇ ਅੱਗੇ ਕਹਿ ਰਹੇ ਪੁਲਿਸ ਅੱਗੇ ਕੀ ਕਹਿ ਰਹੇ ਉਹ ਆਉਣ ਵਾਲਾ ਸਮਾਂ ਦੱਸੇਗਾ ਸਦਰ ਥਾਣੇ ਕਹਿੰਦੇ ਕਾਲ ਕਰ ਦਿੱਤੀ ਗਈ ਹੈ ਜਿੱਥੋਂ ਪ੍ਰਸ਼ਾਸਨ ਪਹੁੰਚ ਰਿਹਾ ਪੁਲਿਸ ਪ੍ਰਸ਼ਾਸਨ ਪਹੁੰਚ ਰਿਹਾ ਉਸ ਤੋਂ ਬਾਅਦ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਵੇਗੀ ਹੁਣ ਫਿਲਹਾਲ ਰੋਡ ਕਲੀਅਰ ਕਰਾ ਦਿੱਤਾ ਗਿਆ ਤਾਂ ਜੋ ਆਵਾਜਾਈ 'ਚ ਵਿਘਨ ਨਾ ਪਵੇ ਪਰ ਜੋ ਗੱਲ ਸੁਣਨ 'ਚ ਆਈ ਹੈ ਉਹ ਇਹ ਆ ਜੋ ਕਿਹਾ ਜਾ ਰਿਹਾ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕਿ ਲੱਗਦਾ ਅਸੀਂ ਨਹੀਂ ਇਹ ਗੱਲ ਕਹਿੰਦੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਬੱਚੇ ਪਰ ਲਮਕਦੇ ਪਏ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਜੋ ਇੱਥੇ ਸਥਾਨਕ ਲੋਕ ਆ ਤਾਂ ਕਹਿੰਦੇ ਉਹਨੇ ਪਿੱਛੋਂ ਹਿੱਟ ਕੀਤਾ ਔਰ ਉਹਦਾ ਵੀ ਗੱਡੀ ਉਹਦੀ ਗੱਡੀ ਵੀ ਅਨਬੈਲੈਂਸ ਹੋ ਕੇ ਦੇਖੋ ਦੁਕਾਨ ਦੇ ਅੰਦਰ ਜਾ ਵੜੀ ਥੱਲੇ ਸਾਈਕਲ ਲੈ ਲਿਆ ਸ਼ੀਸ਼ਾ ਭੰਨ ਗਿਆ ਟੁੱਟ ਹੋ ਗਿਆ ਉਹਨਾਂ ਦੇ ਜਿਹੜਾ ਕਾਊਂਟਰ ਹੈ ਉਹਦਾ ਨੁਕਸਾਨ ਹੋਇਆ ਉਹ ਪੋਲੋ ਗੱਡੀ ਦਾ ਨੁਕਸਾਨ ਹੋਇਆ ਬਰੇਜ਼ਾ ਨੁਕਸਾਨ ਹੋਇਆ ਹੁਣ ਭਰਪਾਈ ਕੌਣ ਕਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਹਾਲ ਦੀ ਘੜੀ ਮਾਤਾ ਜੀ ਕਹੀ ਜਾਂਦੇ ਆ ਕਿ ਅਸੀਂ ਭਰਪਾਈ ਕਰ ਦਿਆਂਗੇ ਉਹਨਾਂ ਦਾ ਦੂਜਾ ਮੁੰਡਾ ਵੀ ਕਹਿੰਦਾ ਅਸੀਂ ਜਵਾਨ ਦੇ ਦਿੱਤੀ ਮਤਲਬ ਕਹਿੰਦਾ ਕਹਿਤਾ ਤਾਂ ਕਰ ਦਿੱਤਾ ਹੁਣ ਦੇਖਦੇ ਹਾਂ ਜਵਾਨ ਦਿੱਤੀ ਉਹ ਕਾਗਜ਼ਾਂ 'ਤੇ ਕਿੰਨੇ ਕੀ ਚੜ੍ਹਦੀ ਆ ਪਰ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਕਿ ਜੇ ਕੋਈ ਸੜਕ 'ਤੇ ਆਉਂਦਾ ਯਾਰ ਦੂਜਿਆਂ ਦਾ ਫਾਇਦਾ ਪਹਿਲਾਂ ਦੇਖਿਆ ਕਰੋ ਔਰ ਪੀ ਕੇ ਨਾ ਚਲਾਈਏ ਤਾਂ ਗੱਲ ਵਧੀਆ ਜੇ ਤੁਸੀਂ ਕਿਸੇ ਹੋਰ ਨੂੰ ਬਚਾਉਂਦੇ ਹਾਂ ਤਾਂ ਤੁਹਾਡਾ ਬੱਚਾ ਆਪ ਹੀ ਹੋ ਜਾਂਦਾ ਬੜੇ ਨਵਾਂ ਸ਼ਹਿਰ ਨਾਲ ਆਪਣੀ ਛੋਟੀ ਦਿਨੇ ਸ਼੍ਰੀ ਕੈਮਰਾ ਪਰਸਨ ਮੀਟਿੰਗ ਗੱਲ ਤੋਂ ਬਹੁਤ ਜੀ ਸਿੱਖ ਹੋ ਸਕਾਂਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ